ਕਬੂਤਰ ਵਰਗੇ ਮੇਮਣੇ ਨਾ ਦੇ ਵੀ ਖੜੇ ਕਰਨ ਵਾਲੇ ਤਾਂ ਵੀ ਬਣ ਜੀ, ਮੈਥੋਂ ਪੈਸੇ ਲੈ ਜੀ। ਵੀਡੀਓ ਸਭਸੇ ਪਹਿਲੇ ਦੇਖਣੇ ਕੇ ਲਈ ਚੈਨਲ ਕੋ ਸਬਸਕ੍ਰਾਈਬ ਕਰੇ, ਘੰਟੀ ਕਾ ਬਟਨ ਆਲ ਪੇ ਕਰ ਦੇ ਤਾਂ ਕਿ ਸਭੀ ਨੋਟੀਫਿਕੇਸ਼ਨ ਆਪ ਤੱਕ ਸਭਸੇ ਪਹਿਲੇ ਪਹੁੰਚ ਜਾਏ। ਧੰਨਵਾਦ। ਉੜਕਾ ਹੀ ਨਹੀਂ, ਹੋਰ ਦੱਸ ਜੇ ਬੱਕਰੀ ਐਂ ਕਬੂਤਰ ਵਰਗੇ ਮੇਮਣੇ ਨਾ ਦੇ ਵੀ ਖੜੇ ਕਰਨ ਵਾਲੇ ਤਾਂ ਵੀ ਬਣ ਜੀ, ਮੈਥੋਂ ਪੈਸੇ ਲੈ ਜੀ। ਬੜਾ ਤੈਨੂੰ ਵਿਖਾਵਾਂ, ਨਹੀਂ ਬੱਕਰਾ ਦਿਖਾਵਾਂ। ਦੱਸੋ ਬਾਬਾ ਤੁਸੀਂ ਵੀ ਮਾੜਾ ਮੋਟਾ ਦੱਸੋ ਕਿ ਤੂੰ ਲੈ ਜਾ ਬਸ, ਰੱਬ ਦਾ ਨਾਂ ਲੈ ਕੇ ਨਹੀਂ ਜੀ, ਜਾਈ ਨਾ ਕਰ। 12,000 ਦੀ ਲੈ ਜਾ, 10,000 ਦੀ, 10,000 ਦੀ, 11,500 ਦੀ ਲੈ ਜਾ। ਨਹੀਂ ਯਾਰ 10 ਦੀ, ਬੱਕਰੀ ਵਾਲੀ ਚੰਗੀ ਹੈ ਯਾਰ। ਮੈਂ ਕਿਹਾ ਮੰਨ ਜਾ, ਮੰਨ ਜਾ, ਨਹੀਂ 10 ਦੀ ਨਹੀਂ ਖੇਰਾ। ਮੈਂ ਕਿਹਾ 11,500 ਦੀ ਤੈਨੂੰ ਕਹਿਤਾ, ਜਾ ਤੈਨੂੰ ਇੰਨੀ ਤਸੱਲੀ ਦੇਤੀ, ਤਿੰਨ ਮੇਮਣੇ ਦੇ ਉਹ ਜੇ ਡਿੱਗੇ ਕੰਨ ਵਾਲੇ ਹੁਣ ਚਰਨ ਕੇ ਘਰੇ ਬੰਨਦੀ, ਮੈਥੋਂ ਪੈਸੇ ਲੈ ਜੀ। ਨਹੀਂ ਕਈ ਵਾਰ ਜੇ ਆਖੇ ਬਾਹਲੇ ਚੰਗੇ ਬੱਕਰੇ ਤੋਂ ਆ ਜੀ, ਤੈਨੂੰ ਬੱਕਰਾ ਦਿਖਾ ਦੇਣਾ ਕੱਢ ਕੇ ਖੜ ਜਾ। ਹਾਂ ਚੰਗੀ ਕੁਆਲਿਟੀ ਦੀ, 5,000-5,000 ਦੇ ਜੰਮਦੇ ਮੇਮਣੇ ਇਹਨਾਂ ਦੇ। ਹਾਂ ਜੀ ਹਾਂ। ਹੋਰ ਜੀ ਕੀ ਹਾਲ ਹੈ ਜਹੇਦਾਰੋ? ਕੱਢੋ ਨੋਟ, ਕੱਢੋ ਭਾਜੀ। ਹਾਂ ਹਾਂ ਹਾਂ, ਕੱਢੋ ਨੋਟ ਤੇ ਕਰ ਦਿਓ। ਉਹ 10 ਥੋੜਾ ਸ਼ੇਰਾ, 11 ਦੀ ਲੈ ਜਾ ਯਾਰ, ਹੁਣ ਤੈਨੂੰ 11,500 ਦੀ। ਹਾਂ ਨੋਟ ਬਣਾਓ ਤੁਸੀਂ, ਬੱਕਰੀ ਚੰਗੀ ਹੈ ਯਾਰ। ਉੱਥੇ ਲੈ ਫੇਰ ਬਣ ਜੀ ਨਾ ਫਿੱਟਾ ਵੇਖ, ਉੱਥੇ ਭਾੜਾ ਦੇ ਤੂੰ ਆਉਣ ਜਾਣ ਦਾ ਬਹਿਮਣ ਚੜਾਈ ਆਈ। ਰਿਸ਼ਤੇ ਦੀ ਦਾ ਮਾਮਲਾ, ਗੱਲ ਕਿਹੜੀ ਕਰਦੇ ਕਿ ਨਹੀਂ ਹੈਂਜੀ? ਹਾਂ ਹਾਂ ਹਾਂ, ਠੱਗੀ ਥੋੜ੍ਹੀ ਮਾਰਨੀ ਸੀ ਆਪਾਂ ਇਹਦੇ ਨਾਲ। ਮੇਰਾ ਮਸ਼ਹੂਰ ਹੈ ਇੱਥੇ ਕੰਮ, ਜਿੰਨੇ ਮੈਂ ਆਉਂਦਾ ਜੇ ਕਿਸੇ ਨੂੰ ਕੋਈ ਨੁਕਸ ਲੱਗੇ ਮੈਂ ਕਹਿ ਦੇਣਾ ਅਗਲੇ ਨੂੰ ਮੇਰੇ ਵਾਪਸ ਕਰ ਜੀ ਭਰਾਵਾ, ਪੈਸੇ ਲੈ ਜੀ ਆਪਦੇ ਹੈਂਜੀ। ਹਾਂ ਹਾਂ, ਨਾ ਕਿ ਥੋੜ੍ਹੇ ਜਿਹੇ ਰਹਿ ਗਏ ਤਾਂ ਮੇਰੇ ਕੋਲ ਕਿੰਨੀਆਂ ਹੁੰਦੀਆਂ ਉਹਦੀ ਵਿਕ ਜਾਂਦੀਆਂ ਪੁੱਤ ਦੀਆਂ। ਅੱਛਾ, ਜਦੋਂ ਸੂਪ ਹੀ 15 ਦਿਨਾਂ ਬਾਅਦ ਫੇਰ ਕਰਾਓ ਸਰ, ਸਾਲ 'ਚ 2 ਵਾਰਾਂ ਸੁਣਦੀ ਹੈ, ਢੇਰ ਹੀ ਲਾ ਆਉਂਦੀ ਹੈ ਮੇਮਣਿਆਂ ਦੀ, ਸੰਨੀ ਪਾਉਣਾ ਮੈਂ ਸਾਲੀ ਫੀਡ ਵਾਲੀ ਉਹ ਖਾ ਜਾਂਦੀ। ਹਾਂਜੀ ਹਾਂ, ਨਹੀਂ ਇਹਦੇ ਨਹੀਂ, ਅੱਡ ਇਹਦਾ 1.25 ਮਹੀਨਾ ਰਹਿ ਗਿਆ ਬਸ। ਇਹ 3 ਦੇਊਗਾ ਜੀ। ਹਾਂਜੀ ਹਾਂ, ਦਿੰਦੀ ਆ ਕਿਹੜੇ 3 ਦਿੰਦੀ, ਆਪਣੇ ਖਾਸ ਬੰਦੇ ਤੋਂ ਲਿਆਂਦੀ ਹੈ ਮੈਂ। ਹਾਂਜੀ ਹਾਂ, ਅਤੇ ਸਾਰਾ ਮਾਲ ਇੱਕ ਬੰਦੇ ਤੋਂ ਲਿਆ ਸੀਗਾ, ਬੱਕਰਾ ਬਾਹਲਾ ਚੰਗਾ ਉਹਦੇ ਕੋਲ ਟੌਪ ਦਾ ਰੱਖਿਆ। ਇਹਦੀ ਮੰਗਦੇ ਦਾ 13,000 ਆ ਜੀ। ਬਾਰਾਂ ਦੀ ਦੇ ਦਿਆਂਗੇ। ਹਾਂਜੀ ਮਹਾਰਾਜ ਕੀ ਹਾਲ ਆ? ਲਖੇ ਹੋਰ ਠੀਕ ਹੈ ਪਰਿਵਾਰ? ਇਹਨਾਂ ਸਾਥ ਸਾਥ ਮੰਗਣਾ ਬਾਈ ਯਾਰ, ਪੱਠਾਂ ਜੀ ਤਿੰਨੇ ਪੱਠਾਂ, ਤਿੰਨੇ ਬਰਬਰੀਆਂ ਪਿਓਰ ਇਹਨਾਂ ਕੋਲ ਤਾਂ ਰਹੀਆਂ, ਪਹਿਲਾਂ ਇਹਨਾਂ ਕੋਲ ਬਥੇਰੀਆਂ ਸੀ, ਮੈਂ ਲੈ ਗਿਆ ਸੀ ਇਹਨਾਂ ਤੋਂ ਵੀ। ਹਾਂ ਹਾਂ, ਲਖੇ ਤੋਂ ਉਹ ਦੂਜੇ ਭਾਈ ਤੋਂ। ਇਹ ਬੇਗੇ ਸ਼ੇਰਾ ਉੱਥੇ ਘਰੇ ਹੀ ਬੇਗੇ, ਕਿੰਨੇ ਦੀ ਪਾਉਣੀ ਹੈ? ਸਹੀ ਸਹੀ, ਇਹ 12 ਦੀ ਲੈ ਜਾ ਸ਼ੇਰਾ, 11,500 ਦੀ ਲੈ ਜਾ ਲਿਆਣੀ। ਕੀ ਹਾਲ ਆ ਜੀ? ਪੂਰੇ ਕਰ ਗਈ ਦੰਦ ਸ਼ੇਰਾ, ਤੀਜੇ ਸੂਏ ਸੂਗੀ। ਹੈਲੋ, ਨਹੀਂ ਯਾਰ ਸ਼ੇਰਾ 11,500 ਦੀ ਕਹਿਤਾ ਇਹਨੂੰ, ਹੁਣ 11 ਧਰਦਾ ਲਓ ਤੇਰੀ ਖਾਤਰ। ਹਾਂ 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 ਹਾਂ, ਇਹਦੇ ਨਾਲ ਇਹਦੇ ਗਾਹਕ ਬਾਲੇ ਸ਼ੇਰਾ, ਤੂੰ ਇਹਦਾ ਬਿੱਗੀ ਸਮਝ ਲੈ, ਤੂੰ ਛੱਡ ਦੇਗਾ ਖੜੇ ਨੇ ਮੁੰਡੇ, ਹੁਣ ਫੜਾ ਕੇ ਤੋਰ ਤੂੰ। ਅਤੇ ਮੈਂ ਵਾਪਸ ਇਹਨਾਂ ਨੂੰ ਐਂ ਕਿਹਾ ਕੋਈ ਨੁਕਸ਼ੋ ਵਿੱਚ ਨਾਲੀ ਦੇ, ਮੈਂ ਕਿਹਾ ਮੇਰੇ ਘਰ ਆ ਜੀ ਅਤੇ ਭਾੜਾ ਵੀ ਦੇਊਂ ਜਾਂਦਾ। ਨਹੀਂ ਸ਼ੇਰਾ
ਮੇਰੇ ਖਾਤਰ ਨਹੀਂ ਤੇਰੀ ਖਾਤਰ ਹੈ ਬਿਲਕੁਲ ਧਰਮ ਨਾਲ ਹੀ ਮੇਰੀ ਇੱਜ਼ਤ ਮੈਂ ਤੇਰੀ ਇੱਜ਼ਤ ਰੱਖਿਆ 12,000 ਦੀ ਬੱਕਰੀ ਹੈ ਆ ਹੁਣ ਭੇਜ ਦੇਣਾ ਇੱਥੇ ਖੜ ਕੇ ਉਹ ਤਾਂ ਜਿਹੇ ਲੱਖ ਨਹੀਂ ਗੱਲ ਪਰ ਮੈਂ ਤੈਨੂੰ ਆਖੀ ਦੇ ਨਹੀਂ ਫਿਰ ਤੁਹਾਡੇ ਵਾਸਤੇ 11,000 ਦੀ ਹੈ ਪੂਰੇ ਦੀ ਬਾਕੀ ਗਿਣਿਆ ਦੇ ਹਾਂ ਹਾਂਜੀ 11,000 ਦੀ ਹੋਊਗੀ ਵਾਧਾ ਕਰੇ ਨਾ ਹਾਂਜੀ ਹਾਂ 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 ਆ ਪੱਠਾ ਲੈ ਜਾਓ ਸ਼ੇਰਾ ਪੱਠਾ ਵੀ ਬਸ ਥੋੜ੍ਹਾ ਜਿਹੀ ਨਾ ਹੋਰ ਇਹ ਤਾਂ ਮਿਲਦੀਆਂ ਨਹੀਂ ਤਾਂ ਹੈ ਕਿਵੇਂ ਮਿਲਦੀਆਂ ਇਹ ਤਾਂ ਫੀ ਮੰਗੂ ਮਿਲਦੀਆਂ ਜੀ ਬਹੁਤ ਮੁਸ਼ਕਿਲ ਨਾਲ ਭਜਾਉਂਦੀਆਂ ਨੇ ਧਰਮ ਨਾਲ ਮੇਰੀ ਸੁਣ ਲੈ ਗੱਲ ਮੈਂ ਸਾਰਾ ਦਿਨ ਉਹ ਜੀਪ ਮੇਰੀ ਹੋ ਖੜੀ ਹੈ ਕਮਾਂਡਰ ਸਾਰਾ ਦਿਨ ਦਵੱਲੀ ਫਿਰਿਆ ਅਤੇ ਮਸਾਂ 12 ਨਾ ਗਏ ਇੱਕ ਬੰਦੇ ਤੋਂ ਮਿਲੇ ਸਾਰੇ ਇਕੱਠੇ ਮਰਜ਼ੀ ਨਾਲ ਪੈਸੇ ਲੈ ਕੇ ਦਿੱਤੇ ਉਹ ਮੇਰੀ 65-65 ਸੌ ਦੀ ਪੱਠਾਂ ਖਰੀਦਣ ਹੋ ਖੜੀਆਂ ਨਾ ਹੁਣ ਰੁਪਈਏ ਪੂਰੇ ਕਰਕੇ ਦੇਊਂਗਾ ਨਫਾ ਨਹੀਂ ਹੈ ਚੋਰ ਮਾਰ ਬੰਦੇ ਦਾ ਨੰਬਰ ਦੱਸ ਦਿੰਦਾ ਜਿਹਦੋਂ ਲੰਘਿਆ ਨਾ ਪੈਟਰੋਲ ਹੀ ਵਾਲਾ ਲੱਗ ਜਾਊਗਾ ਜੀ ਡੀਜ਼ਲ ਖਾ ਗਈ 1500 ਦਾ ਉਹਦੀ ਗੱਡੀ ਸਹੀ ਹੈ ਹਾਂ ਲੈ ਜੂਗਾ ਵਾ 1.5 ਮਹੀਨਾ ਬਸ ਹਾਂ ਡੇਢ ਦਾ ਨਹੀਂ ਲੈਂਦੀ ਸਵਾ ਕਿਲੋ ਡੇਢ ਲੈ ਜਾਏ ਤਾਂ ਡੇਢ ਲੈ ਜਾਏ ਹੁਣ ਆਪਾਂ ਮੁੱਲ ਲਈ ਹੈ ਗਰੰਟਡ ਹੈ ਅਗਲੇ ਦੀ ਇੱਕ ਇੱਕ ਦੋ ਦੋ ਕਰਕੇ ਦੇ ਦੇ 3, 4, 5, 6, 7, 8, 9, 10, 11, 12, 13, 14, 15, 16, 17, 18, 19, 21 ਲਓ ਜੀ ਬਾਈ ਹੁਣ ਇਹ ਐਂ ਬਦਲਾ ਵੀ ਤੁਹਾਨੂੰ 500 ਰੁਪਇਆ ਮੁੰਡੇ ਦਾ ਕਰਕੇ ਛੱਡਤਾ ਛੋੜ ਕਹਿ ਲਿਆ ਪਾਸੇ ਮੰਨ ਗੱਲ ਅੱਛਾ ਅੱਜ ਤੁਸੀਂ ਫਿਰ ਤੁਹਾਡੀ ਗੱਲ ਚੱਲਦੀ ਸੀ ਨਹੀਂ ਬੰਦੇ ਕਾਲੇ ਸੀ ਪੂਰੇ ਉਹ ਪਹਿਲਾਂ ਉੱਥੇ ਰਾਹ 'ਚ ਘੇਰਦੇ ਸੀ 5 ਮਿੰਟਾਂ 'ਚ ਬਸ ਉਹ ਹਾਂ ਲਿਖਾ ਦਿੰਦੇ ਸ਼ਰਾ ਅਤੇ ਨਹੀਂ 5 ਮਿੰਟਾਂ 'ਚ ਕੰਮ ਹੋ ਜਾਂਦਾ ਜਾ ਹੁਣ ਚਾਹ ਪਾਣੀ ਦੱਸ ਧੰਨਵਾਦ ਬਾਈ ਇਹ ਇਹਨਾਂ ਦਾ ਦਿਲ ਨਹੀਂ ਪੈਂਦਾ ਜੀ ਤੇਰੇ ਬਿਨਾਂ ਤਾਂ ਆਉਂਦਿਆਂ ਨੂੰ ਬੱਕਰੀ ਵਿਕ ਜਾਂਦੀ ਤੂੰ ਮੰਨ ਗੱਲ ਮੈਂ ਖੜਾ ਹੀ ਸੀ ਇੱਥੇ ਤਾਂ ਉਹ ਨਹੀਂ ਫਿਰ ਤੂੰ ਫਿਰ ਉਹ ਕਰਾਇਆ ਹੁੰਦੀ ਹੁੰਦੀ ਹੋ ਜਾਂਦਾ ਨਾ ਕੰਮ ਹਾਂਜੀ ਕੀ ਹਾਲ ਹੈ ਉਹ ਲੈ ਜਾ ਇੱਕ ਅੱਧੀ ਬੇਗੀਆਂ ਬੇਗੀਆਂ ਸਿੰਘੋ ਬੇਗੀ ਮਾੜੀ ਹੱਕ ਦੀ ਮਗਰ ਇਹਨਾਂ ਦਾ ਕਰਕੇ ਹੇਜ ਕਰੂਗੀ ਧੰਨਵਾਦ ਅੱਛਾ ਚੱਲਦੇ ਇੱਕ ਮਿੰਟ ਮੁੰਡਾ ਭੇਜੋਗੇ ਕੋਈ ਹਾਂ ਮੁੰਡਾ ਭੇਜ ਦੇਣਾ ਮੈਂ ਕੋਈ ਮੁੰਡਾ ਭੇਜ ਦਿਓ ਪਰਚੀ ਕਰਾ ਲਿਆਊਗਾ ਹੋਰ ਹੈਲੋ ਹੈਨਾ ਆ ਸਾਰੇ ਬੱਕਰੀ ਪਾਲਕੀਆਂ ਨੂੰ ਇੱਕ ਐਂ ਕਰ ਉਹ ਸ਼ੇਰਾ ਉਰੇ ਗੱਲ ਆ ਲੈ ਕਰਾਇਆ ਮੈਨੂੰ ਪਰਚੀ ਮੇਰੀ ਫੜਾ ਦੇਗਾ ਵਾਪਸ ਉਹਦੀ ਇਹ ਜੋ ਇੱਕ ਨੱਕ ਬੱਕਰੀ ਕਢਾ ਦਿਓ ਐਂ ਇਹ ਕਹਿੰਦੀ ਪੱਠਾ ਨੱਕ ਬੱਕਰੀ ਕਢਾ ਦਿਓ ਇਹ ਜੋ ਗੱਲਬਾਤ ਕਰ ਲਈ ਯਾਰ ਹਾਂ ਹਾਂ ਇਹ ਜੋ ਕਹ ਬੱਕਰੀ ਕਢਾ ਦਿਓ ਕੋਈ ਨਾ ਬਾਕੀ ਫੜਾ ਨਹੀਂ ਸਾਰੇ ਨੱਕ ਇਸੇ ਦਿਨ ਇੱਕ ਨੱਕ ਕਢਾ ਦੇ ਬੱਕਰੀ ਆ ਗਾ ਠੀਕ ਹੈ ਹੋਰ ਤਾਂ ਸੇਠ ਠੀਕ ਹੈ ਤਾਂ ਮਖਾ ਜਮਾ ਰੰਗ ਲੱਗੇ ਸ਼ੇਰਾ ਮੌਜ ਕਰੀ ਦੀ ਹੈ ਤੇ ਦੱਸੋ ਮਾੜਾ ਜਿਹਾ ਹਾਂਜੀ ਅੱਜ ਫੇਰ ਦੱਸ ਦੇ ਕਿੰਨੇ ਨਗ ਲਿਆਏ ਟੋਟਲ ਅੱਜ ਲਿਆਂਦੇ ਸੀਗੇ 3 ਤਾਂ ਬੱਕਰੇ ਨਾ ਅੱਛਾ ਇਧਰ ਨੂੰ ਲੈ ਗਿਆ ਮੁੰਡਾ ਹਾਂ ਸਹੀ ਹੈ ਹਾਂ ਠੀਕ ਹੈ ਤੇ 4 ਇੱਥੇ ਸੀਗੇ 5 ਇੱਕ ਬੇਗੀ ਬੇਗੀ ਹਾਂ ਹਾਂ ਬਸ ਇਹ ਵੀ ਵਿਕ ਜਾਣਗੇ ਹੁਣ ਹਾਂ ਇਹ ਵੀ ਵਿਕ ਹਾਂ 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 ਖੜੀ ਹੈ ਹਾਂ ਗਾ ਖੜੇ ਹੈ ਸਹੀ ਹੈ ਹਾਂ ਹਾਂ ਪਹਿਲਾਂ ਵੀਡੀਓ ਦੇਖ ਲਈ ਸੀ ਕਿ ਨਹੀਂ ਹਾਂ ਪਹਿਲਾਂ ਦੇਖ ਲਈ ਸੀ ਬਹੁਤ ਫੋਨ ਆਏ ਨੇ ਮੈਨੂੰ ਅੱਛਾ ਹਾਂ ਮੇਰਾ ਨੰਬਰ ਦੁਬਾਰੇ ਦੇ ਦੇ ਆਪਾਂ ਨਾਲੇ ਖਰੀਦਾ ਖਰਾਦੀ ਵੀ ਕਰਦੇ ਆ ਵੇਚਦੇ ਵੀ ਆ ਜੇ ਕਿਸੇ ਨੇ ਘਰੋਂ ਲੈਣੀ ਆ ਘਰੋਂ ਲਿਜਾ ਸਕਦਾ ਠੀਕ ਹੈ ਤੇ ਬੋਲ ਦੋ ਬੋਲ ਦੋ ਹਾਂਜੀ ਹਾਂ ਜੇ ਕਿਸੇ ਨੇ ਘਰੋਂ ਲਿਜਾਣੀ ਆ ਘਰੋਂ ਲਿਜਾ ਸਕਦਾ ਠੀਕ ਹੈ ਜੇ ਕਿਸੇ ਨੇ ਵੇਚਣੀ ਆ ਉਹ ਵੀ ਮੈਨੂੰ ਫੋਨ ਕਰ ਸਕਦਾ ਅੱਛਾ ਜੀ ਹਾਂ ਜਿਵੇਂ ਉਹ ਤੇਰੇ ਕਹੇ ਤੋਂ 45 ਦਾ ਇਕੱਠਾ ਫੋਨ ਆ ਗਿਆ ਮੇਰੇ ਕੋਲੇ ਅੱਛਾ ਹਾਂ ਆਈਪੀ ਆ ਵੀਡੀਓ ਤੈਨੂੰ ਦਿਖਾਉਂ ਹਾਂ ਵੀ ਵਿਕ ਗਿਆ ਮਾਲ ਹਾਂ ਮੇਰਾ ਘਰਾਂ ਵਿਕ ਗਿਆ ਹੁਣ ਮੈਂ ਨਵਾਂ ਲੈਣਾ ਚਲੋ ਵਧੀਆ ਗੱਲ ਹਾਂ 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 ਤੇ ਜੇ ਕਿਸੇ ਨੇ ਵੇਚਣੀ ਆ ਉਹ ਵੀ ਮੇਰਾ ਨੰਬਰ ਹੈਗਾ
ਕੰਮ ਕਿਵੇਂ ਆ ਇਹ? ਕੰਮ ਵਧੀਆ ਜੀ, ਬਸ ਤੋਰੀ ਫੁਲਕਾ ਚੱਲੀ ਜਾਂਦਾ ਵਧੀਆ, ਬਾਹੀ ਨਾ ਵਧੀਆ, 6 ਮਹੀਨਿਆਂ ਤੋਂ ਫਸਲ ਆਉਂਦੀ ਹੈ, ਫਿਰ ਰੋਜ਼ ਵੱਟੇ ਜਾਂਦੇ ਆ ਤਾਜ਼ੇ, ਹੈਂ ਜੇ 2-400 ਇੱਕ ਬੱਕਰੀ ਦੇ ਗਈ ਤਾਂ ਕਿਹਾ ਆਪਾਂ ਨੂੰ, ਹੈਂ ਜੀ ਠੀਕ, ਹਾਂ 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 ਸਹੀ, ਜਿਵੇਂ ਹੁਣ ਦੇ ਗਈ ਇਹ ਆਪਾਂ ਨੂੰ ਆਪਦਾ ਮੂੰਹ ਮੁੱਠਾ ਕਰਾ ਗਈ 700-800 ਰੁਪਈਆ, ਠੀਕ ਹੈ ਬਸ ਸਹੀ, ਹੈਂ ਜੀ ਹਾਂ ਦੇ ਤੀ। ਅਤੇ ਤਾਇਆ ਫਿਰ ਦੱਸੋ ਸਾਡੇ ਦਰਸ਼ਕਾਂ ਨੂੰ ਕੀ ਦੱਸੋਗੇ ਵੀ ਤੁਸੀਂ ਕਿਵੇਂ ਕਰਦੇ ਹੋ ਇਹ? ਮਤਲਬ ਇਹ ਦਰਖਤਾਂ ਨੂੰ ਇਹੀ ਹੈ ਵੀ ਨਸ਼ੇ ਪੱਤੇ ਤੋਂ ਬਚੇ ਰਹਿਣਗੇ, ਇਹ ਜੇ ਕਿਤੇ ਲੱਗਣਗੇ ਲੋਕ, ਕੋਈ ਵੀ ਧੰਦਾ ਕਰਦਾ, ਜਿਹੜਾ ਧੰਦਾ ਕਰਦਾ ਚਾਹੇ ਸਬਜ਼ੀ ਵੇਚਦਾ ਸ਼ੇਰਾ, ਐਂ ਨਹੀਂ ਕਹਿੰਦੇ ਵੀ ਬੱਕਰੀ ਹੀ ਖਰੀਦੋ, ਧੰਦਾ ਕੋਈ ਵੀ ਕਰਦਾ ਚਾਹੇ ਕਿਸੇ ਕਿਸਮ ਦਾ, ਉਹ ਆਪਦਾ ਕਰੇ, ਮਾੜੇ ਕੰਮ ਤੋਂ ਕੋਈ ਫਾਇਦਾ ਨਹੀਂ ਹੈ, ਮਾੜੇ ਕੰਮ, ਹਾਂ 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 ਸਹੀ ਗੱਲ ਹੈ ਜੀ, ਸਹੀ ਹਾਂ 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 ਕੋਈ ਨਹੀਂ, ਹਾਂ ਜੀ ਹਾਂ ਇਹ ਚੱਲੀ ਜਾਂਦਾ ਕੰਮ ਵਧੀਆ, ਇਹ ਬਸ ਮੈਨੂੰ ਤਾਂ ਇਹ ਫਿੱਟ ਹੈ। ਤੁਸੀਂ ਦੱਸਿਆ ਇਹਨਾਂ ਨੂੰ ਫਿਰ ਕੀ ਮੱਝਾਂ ਵਾਲੀ ਸੰਨੀ ਦੇ ਦਿਓ ਕਿਵੇਂ? ਨਹੀਂ ਜੀ ਇਹ ਫੀਡ ਹੀ ਪਾਉਣਾ ਬਸ, ਮੈਂ ਤੂੜੀ ਰਲਾ ਕੇ ਫੀਡ ਵਿੱਚ ਲਾ ਦੇਣਾ ਤੇ ਪਾ ਦੇਈ ਵੀ। ਅੱਛਾ ਹਾਂਜੀ, ਇਹਨਾਂ ਦੀ ਮਤਲਬ ਸਾਫ ਸੁਭਾਅ ਔਖੀ ਤਾਂ ਨਹੀਂ? ਕੋਈ ਔਖੀ ਨਹੀਂ ਜਮਾ, ਕੋਈ ਔਖੀ ਨਹੀਂ, ਹਾਂ ਹਾਂ ਉਹ ਪੱਠ ਲੈ ਜਾਓ ਸ਼ੇਰਾ, ਤੁਸੀਂ ਫਜੇ ਵੀ ਮੰਨ ਜਾਓ ਗੱਲ, ਤਾਰਾਂ ਦੇਈ ਜਾਂਦੇ ਆ ਉਹ ਪੱਠ, ਤਾਰਾਂ ਦੇਈ ਜਾਂਦੇ, ਹਾਂ ਮਗਰ ਦੇਖ ਇਹਦੀ ਸੂਜੀ ਦੇਖ, ਇਹ ਸਾਰੀਆਂ ਪੱਠਾਂ ਨਾ, ਇਹ 7-7 ਹਜ਼ਾਰ ਦੀ ਹੈ, ਕੋਈ ਘੱਟ ਦੇ ਦਿਓ 200 ਰੁਪਈਆ ਯਾਰ, ਤਾਂ ਕੀ ਹੈ ਹੋਰ ਜੋ ਤੁਸੀਂ ਪਾਲਣੇ ਸ਼ੌਂਕ ਨਾਲ, ਕਿਹੜਾ ਪਿੰਡ ਹੈ? ਅੱਛਾ ਲੈ ਜਾ ਸ਼ੇਰਾ ਫਿਰ ਇਹਦਾ ਜਮਾਂ, ਇਹੋ ਜਿਹੀਆਂ ਤੈਨੂੰ ਸ਼ੌਕੀਨ ਨਹੀਂ ਮਿਲਦੀਆਂ, ਬਾਹਲੀ ਚੰਗੀ ਬੱਕਰੀ ਦੀਆਂ, ਉਹ ਮੁੰਡੇ ਵੇਖ ਲੈ ਕੇ ਦੇਖ, ਹਾਂ ਹਾਂ ਦੋ ਹੈਗੇ ਛੋਟੇ, ਸਮਝ ਗਿਆ ਸਮਝ ਗਿਆ, ਇਹ ਹੁਣ ਸਮਰ ਜਾਣਗੀਆਂ 5 ਮਹੀਨਿਆਂ ਤੇਰੇ ਕੋਲ ਸੂ ਪੈਣਗੀਆਂ, ਬੀਟਲ ਹੁਣ ਮੇਰੇ ਕੋਲ ਬੀਟਲ ਆਹ ਪੱਠ ਖੜੀ ਹੈ 40 ਇੰਚ ਕੱਦ ਹੈ ਬੱਕਰੀ ਦਾ, ਜਿਹਦੀ ਪੱਠ ਲਿਆਇਆ ਆਹ, ਇਹ ਗੱਲ ਕਰ ਸਮਰੂ ਭੈਣ ਦੀ ਜਾ ਕੇ ਸਾਲ ਦੀ ਹੋ ਗਏ, ਹੈ ਜੀ ਇਹਦਾ ਬਸ 5-5 ਮਹੀਨੇ ਦੀਆਂ ਸਮਰ ਜਾਣਗੀਆਂ, ਇਹ ਉਦੋਂ ਨੂੰ ਸੂ ਪੂਜਦੇ ਨੇ, ਇਹ ਸਮਰੂਗੀ, ਹਾਂ ਹਾਂ ਮੈਂ ਬੱਕਰੀ ਵਾਲੀ ਗੱਲ ਦੇਖ 19 ਗੱਲ ਹੀ ਕਰਦਾ, ਫਿਰ ਉਹ 11 ਹਜ਼ਾਰ ਦੀ ਹੋ ਗਈ ਪੂਰੇ ਦੀ, ਮੈਂ ਤਾਂ ਤੁਹਾਨੂੰ ਬੱਕਰੀ ਦੇ ਕੇ ਵੀ ਖੁਸ਼ ਸੀ, ਪਰ ਉਹ ਬੰਦੇ ਪਹਿਲਾਂ ਮੁੱਲ ਲਾਈ ਜਾਂਦੇ, ਹਾਂ ਹਾਂ ਇਹ ਤੂੰ ਸੁਣ ਮੇਰੀ ਗੱਲ, ਜੇ ਤੁਹਾਨੂੰ ਮਾਫ ਨਾ ਲੱਗੇ, ਹਾਂ ਮੇਰੀ ਜੀਪ ਖੜੀ ਆ, ਨੰਬਰ ਨੋਟ ਲੈ ਲੈ, ਮੇਰਾ ਆਧਾਰ ਕਾਰਡ ਲੈ ਲੈ, ਨੰਬਰ ਲੈ ਲੈ, ਮੈਨੂੰ ਥੋੜ੍ਹਾ 200 ਰੁਪਇਆ ਭਾੜੇ ਦਾ ਵੀ ਲੈ ਲਈ, ਆਉਂਦੇ ਕਿਹੜੇ ਵਾਪਸ ਕਰ ਜੀ, ਜੇ ਪੱਠ ਲੈਂਦੇ ਤੇ ਬੰਦਾ ਕੋਈ, ਹੈ ਜੀ ਹਾਂ ਹਾਂ ਉਹ ਯਾਰ ਲੈ ਜਾ ਬੀਟਲ ਜਿਹੜਾ ਲੈ ਜੂ, ਯਾਦ ਰੱਖੋ 40 ਇੰਚ ਕੱਦ ਹੈ ਬੱਕਰੀ ਦਾ, ਨੱਕ ਨਕੌੜੇ ਦੀ ਦੇਖ ਸ਼ੇਰਾ, ਹੈਲੋ 8:30 ਦੀ ਲੈ ਜਾ ਯਾਰ, ਚਲੀ ਜਾਣੀ ਆ ਤਾਂ ਬਸ, ਬੀਟਲ ਪੱਠ ਜੇ ਕੋਈ ਇਹਨੇ ਜੀ ਦੇ ਦੇ, ਇੱਥੇ ਛੱਡ ਜੀ ਤੇ ਪੈਸੇ ਲੈ ਜੀ, ਆਏ ਗੜੇ ਮੈਂ ਇੱਥੇ ਹੀ ਹੁੰਦਾ, ਉੱਥੇ ਜੇ ਹੁੰਦਾ, ਜੇ ਕੋਈ ਨਿੰਦ ਦੇ ਵੀ ਪਿਓਰ ਬੀਟਲ ਨਹੀਂ ਤਾਂ ਵੀ ਪੈਸੇ ਲੈ ਜੀ, ਨੱਕ ਨਕੌੜੇ ਦੀ ਦੇਖ ਤੂੰ, ਚਿੱਟੀ ਅੱਖ ਦੀ ਹੈ, ਮੱਥੇ ਚੰਦ ਹੈ ਤਾਰਾ, ਲਿਆਓ ਜੀ ਉਹ ਮੇਰੀ ਪਰਚੀ ਦੇਖ ਫੜਾ ਕੇ ਨਹੀਂ ਮੁੰਡੇ, ਉਹ ਗਏ ਹੁਣ, ਹਾਂ 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 ਮੰਗਦੇ 7500 ਸੀ, ਇਹ ਮੁੰਡਿਆਂ ਨੂੰ ਕਹਿੰਦਾ 6500 ਦੀ ਲੈ ਜਾਓ, ਠੀਕ ਹੈ ਚਲੋ ਕੋਈ ਗੱਲ ਨੀ, ਇਹਨਾਂ ਦੀ ਉਹ ਤਾਂ ਮਨ ਹੈ, ਲਿਆ ਸ਼ੇਰਾ ਧੰਨਵਾਦ, ਦੇਖੋ ਨਾਲੇ ਚੰਨ ਬਣਿਆ ਤਾਰਾ ਬਣਿਆ ਤਾਰਾ, ਠੀਕ ਹੈ
ਈਦ ਵੇਲੇ ਤਾਂ ਵਧੀਆ ਬਣ ਜਾਂਦਾ ਹੋਊ ਹੈ ਨਾ, ਇਹ ਬੱਕਰਾ ਬਣਦਾ। ਅੱਛਾ ਇੱਕ ਗੱਲ ਹੋਰ, ਇਹਦੀ ਸਿਫਤ ਹੈਗੀ ਜੀ, ਇਹ ਬਦਾਮ ਸਿੰਘ ਹੀ ਹੈ, ਜਿਵੇਂ ਆਹ ਸਿੰਘ ਦੇਖੋ ਇਹਦੇ, ਇਹ ਤੁਹਾਨੂੰ ਸਿੰਘ ਇੱਦਾਂ ਨਹੀਂ ਹੋਣਗੇ, ਬਸ ਇਹਦੇ ਐਡੇ ਐਡੇ ਗੂਠੇ ਜਿੱਡੇ ਜਿੱਡੇ, ਠੀਕ ਹੈ। ਇੱਥੇ ਬਦਾਮ ਸਿੰਘਾ ਬੋਕ ਕਿਸੇ ਕਿਸੇ ਕੋਲੇ ਹੋਊਗਾ, ਨਹੀਂ ਹੈ ਹੀ ਨਹੀਂ, ਵਧੀਆ ਚੀਜ਼। ਹਾਂ ਇਹ ਕੁਆਲਿਟੀਦਾਰ ਹੈ, ਵਧੀਆ ਚੰਗਾ ਜੀ ਧੰਨਵਾਦ। ਤੁੰਗ ਵਾਲੀ ਬੱਕਰਾ ਮੰਡੀ ਹੈ ਜੀ, ਹਰ ਵੀਰਵਾਰ ਐਵਰੀ ਥਰਸਡੇ ਨੂੰ ਮੰਡੀ ਹੈ।